ਸੰਗਤ ਮੰਡੀ ਅਧੀਨ ਪੈਂਦੇ ਚੱਕ ਅਤਰ ਸਿੰਘ ਵਾਲਾ ਵਿਖੇ ਤਿਉਣਾ ਰਜਵਾਹੇ ਵਿੱਚ 50 ਫੁੱਟ ਡੂੰਘਾ ਪਾੜ ਪੈਣ ਕਾਰਨ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਦਾ ਨੁਕਸਾਨ ਹੋਇਆ ਹੈ। ਪਿੰਡ ਵਾਸੀਆਂ ਨੇ ਵਿਭਾਗ 'ਤੇ ਦੋਸ਼ ਲਾਉਂਦਿਆਂ ਕਿਹਾ ਹੈ ਕਿ ਜੇਕਰ ਵਿਭਾਗ ਸਮੇਂ 'ਤੇ ਇਸ ਰਜਵਾਹੇ ਵੱਲ ਧਿਆਨ ਦਿੰਦਾ ਤਾਂ ਸ਼ਾਇਦ ਇਹ ਨੁਕਸਾਨ ਹੋਣੋਂ ਬਚ ਸਕਦਾ ਸੀ। ਇਸ ਮੌਕੇ 'ਤੇ ਸਾਬਕਾ ਸਰਪੰਚ, ਪੀੜਤ ਕਿਸਾਨ, ਥਾਣਾ ਮੁਖੀ ਅਤੇ ਨਹਿਰੀ ਵਿਭਾਗ ਦੇ SDO ਨੇ ਕਿਹਾ, ਸਾਡੇ ਪਿੰਡ ਰਾਤ ਦਾ ਸੂਹਾ ਟੁੱਟਿਆ 12 ਵਜੇ ਦਾ, ਕੱਲ੍ਹ ਦੇ ਕੋਈ ਦਰਖਤ ਕਿਸੇ ਨੇ ਮਹਿਕਮਾ ਨਹੀਂ ਆ ਕੇ ਖੜ੍ਹਾ ਇੱਥੇ ਕਿ ਪਹਿਲਾਂ ਪ੍ਰਸ਼ਾਸਨ ਦੀ ਬਹੁਤ ਵੱਡੀ ਲੜਾਕੀ ਹੈ। ਸਾਡੇ ਪਿੰਡ 'ਚ ਪਾਣੀ ਵੜ ਚੁੱਕਿਆ ਹੈ, ਗਰੀਬ ਘਰਾਂ 'ਚ ਪਾਣੀ ਵੜ ਗਿਆ ਸਾਰਾ। ਜੇ ਇੱਕ ਰਾਤ ਲੇਡੀ ਦੀ ਵੀ ਮੌਤ ਹੋ ਗਈ ਇਸ ਦਹਿਲ ਕੇ ਵਿਚਾਰੀ ਦੀ, ਅਤੇ ਕੋਈ ਨਹੀਂ ਹਜੇ ਤਾਈਂ ਸਾਡੀ ਕਿਸੇ ਨੇ ਬਾਤ ਪੁੱਛੀ। ਇਹ ਪ੍ਰਸ਼ਾਸਨ ਜਮ੍ਹਾਂ ਲਲਾਇਕ ਹੋ ਚੁੱਕਾ ਹੈ। ਇਹ ਜਿੰਨਾ ਚਿਰ ਲੋਕ ਸੜਕਾਂ ਦੇ ਨਾਲ ਉਤਰਨਗੇ ਉਨਾ ਚਿਰ ਕੋਈ ਹੱਲ ਨਹੀਂ, ਕੋਈ ਸੁਣਵਾਈ ਨਹੀਂ ਕਿਸੇ ਦੀ। ਅਸੀਂ ਰਾਤ 11-12 ਵਜੇ ਦੇ ਫੋਨ ਕਰਨ ਲੱਗਿਆ ਪ੍ਰਸ਼ਾਸਨ ਨੂੰ, ਕੋਈ ਨਹੀਂ ਸੁਣ ਰਿਹਾ। ਸਾਡੀ ਸਾਰਾ ਪਿੰਡ ਡੁੱਬੀ ਜਾਂਦਾ, ਬੱਚੇ ਸਾਰੇ ਡਰੀ ਬੈਠੇ ਆ, ਸਾਰਾ ਪਿੰਡ ਖੌਫ 'ਚ ਹੈਗਾ। ਅਸੀਂ ਮਤਲਬ ਮੰਗ ਕਰਦੇ ਹਾਂ ਵੀ ਸਾਡਾ ਸੁਣਵਾਈ ਹੋਵੇ, ਸਾਡਾ ਹੱਲ ਕਰਿਆ ਜਾਵੇ। ਇਹ ਨੁਕਸਾਨ ਹੋਇਆ, ਪਨੀਰੀਆਂ ਮਰ ਗਈਆਂ, ਜਿਹੜੀ ਪੌਦ ਕਹਿ ਦਿੰਦੇ ਆਪਾਂ, ਇਹ ਪਨੀਰੀ ਪੌਦ ਜੋ ਸਭ ਮਰ ਗਈ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ, ਕਿਸਾਨ ਨੂੰ ਕੋਈ ਕਿਰਾਏ ਦੇ ਪੈਸੇ ਦਿੱਤੇ ਜਾਣ। ਜੇ ਕਿਸੇ ਗਰੀਬ ਦਾ ਘਰ ਜਾਂ ਬੱਚਾ ਦਾ ਜ਼ਿੰਮੇਵਾਰ ਇਹੀ ਹੈ ਜਿਨ੍ਹਾਂ ਦਾ ਸਰਪੰਚ ਸਾਹਿਬ ਨੇ ਦੱਸਿਆ, ਇਸੇ ਕਰਕੇ ਅਸੀਂ ਕਹਿੰਦੇ ਹਾਂ ਵੀ ਕਿਸੇ ਦਾ ਘਰ ਡਿੱਗਦਾ, ਕਿਸੇ ਦਾ ਬੱਚੇ ਨੂੰ ਨੁਕਸਾਨ ਹੁੰਦਾ ਤਾਂ ਸਰਕਾਰ ਹੀ ਜ਼ਿੰਮੇਵਾਰੀ ਹੈ। ਕਿਉਂ ਨਾ ਸ਼ਾਮ ਨੂੰ ਦਰਖਤ ਕਢਾਏ ਮਹਿਕਮੇ ਨੇ, ਇੱਕ ਦਰੋਗ ਸਾਰੇ ਪਿੰਡ ਦੇ ਦਰਖਤ ਚੱਕਦੇ ਸੀਗੇ ਤਾਂ ਦਰੋਗਾ ਸਾਹਿਬ ਰੋਕ ਕੇ ਗਿਆ ਇੱਥੇ ਵੀ ਜੇ ਦਰਖਤ ਕਿਸੇ ਨੇ ਚੱਕੇ ਮੈਂ ਪਰਚਾ ਕਟਾ ਦੂੰ। ਦਰੋਗਾ ਸਾਹਿਬ ਦੀ ਵਜ੍ਹਾ ਨਹੀਂ ਇਹ ਨੁਕਸਾਨ ਹੋਇਆ ਸਹੀ ਮੈਨੇ, ਨਹੀਂ ਤਾਂ ਲੋਕ ਸੂਏ 'ਚੋਂ ਦਰਖਤ ਚੱਕਦੇ ਸੀ ਤਾਂ ਦਰੋਗਾ ਸਾਹਿਬ ਨੇ ਧਮਕੀਆਂ ਦਿੱਤੀਆਂ ਤਾਂ ਦਰੋਗਾ ਸਾਹਿਬ ਦੀ ਵਜ੍ਹਾ ਨਾਲ ਸਾਡਾ ਸੂਆ ਟੁੱਟਿਆ ਹੈ। ਇਹਦੇ 'ਚ ਦਰਖਤ ਟੁੱਟਣ ਕਾਰਨ 50-60 ਫੁੱਟ ਦਾ ਪਾੜ ਪੈ ਗਿਆ ਅਤੇ ਜੋ ਪਾਣੀ ਹੈ ਇਹ ਨਹਿਰੀ ਦਾ ਉਹ ਪਿੰਡ ਵੱਲ ਜਾ ਰਿਹਾ ਜੀ, ਅਤੇ ਗਰੀਬਾਂ ਦੇ ਘਰਾਂ ਨੂੰ ਵਿੱਚ ਵੜਨ ਨੂੰ ਬਿਲਕੁਲ ਤਿਆਰ ਹੈ। ਸਾਰਾ ਪਿੰਡ ਇਕੱਠਾ ਹੋ ਕੇ ਗਰੀਬਾਂ ਨੂੰ ਬਚਾਉਣ 'ਤੇ ਲੱਗਿਆ ਹੋਇਆ ਜੀ। ਮਹਿਕਮੇ ਕਹਿੰਦੇ ਜੀ ਹਜੇ 10 ਘੰਟੇ ਪਾਣੀ ਰੁਕ ਨਹੀਂ ਸਕਦਾ, ਇਹ ਛੇਤੀ ਤੋਂ ਛੇਤੀ ਇਹਦਾ ਕੋਈ ਹੱਲ ਕੱਢ ਕੇ ਪਿੰਡ ਨੂੰ ਬਚਾਇਆ ਜਾਵੇ। ਜਿਹੜੇ ਵੱਡੇ ਦਰਖਤ ਸੀ ਉਹ ਡਿੱਗਣ ਕਾਰਨ ਸੂਏ ਦੇ ਵਿੱਚ ਡਿੱਗ ਪਏ ਅਤੇ ਸੂਆ ਬੰਦ ਹੋਣ ਕਾਰਨ, ਜਿਹੜਾ ਪਾਣੀ ਦਾ ਨਿਕਾਸ ਗਾਹਾਂ ਤੋਂ ਬੰਦ ਹੋਣ ਕਾਰਨ ਸੂਆ ਓਵਰ ਹੋ ਕੇ ਅਤੇ ਟੁੱਟ ਗਿਆ। ਇਹਦਾ ਫੁੱਟ 40-45 ਫੁੱਟ ਜਿਹੜਾ ਪਾੜ ਉਹਦਾ ਬਣਿਆ ਹੋਇਆ ਅਤੇ ਜਿਹੜੇ ਪਿੰਡ ਵਾਸੀ ਆ ਲੋਕ ਉਹ ਸਾਰੇ ਬਚਾਅ ਵਾਸਤੇ ਪਿੰਡ ਨੂੰ ਪਾਣੀ ਜਾਣ ਤੋਂ ਰੋਕ ਕੇ ਉਪਰਾਲਾ ਕਰ ਰਹੇ ਹੈ। ਪ੍ਰਸ਼ਾਸਨ ਜਿਹੜਾ ਆਪਣੇ ਸਿਵਲ ਦਾ ਡਿਪਾਰਟਮੈਂਟ ਹੈ SDO JEE ਸਾਰੇ ਉਸ ਮੌਕੇ 'ਤੇ ਪਹੁੰਚ ਚੁੱਕੇ ਨੇ ਅਤੇ ਪ੍ਰਸ਼ਾਸਨ ਅਸੀਂ ਪੁਲਿਸ ਡਿਪਾਰਟਮੈਂਟ ਵੱਲੋਂ ਵੀ ਅਸੀਂ ਮੌਕੇ 'ਤੇ ਪਹੁੰਚੇ ਹਾਂ। ਮਾਹੌਲ ਸ਼ਾਂਤਮਈ, ਜੋ ਸਾਡਾ ਆਪਰੇਸ਼ਨ ਸੀਗਾ ਜੀ, ਅਸੀਂ ਸ਼ਾਮ 7 ਵਜੇ ਪ੍ਰਾਈਵੇਟ JCBs ਹਾਇਰ ਕਰ ਲਈਆਂ ਸੀਗੀਆਂ। ਸਾਨੂੰ ਇਸ ਗੱਲ ਦਾ ਅੰਦੇਸ਼ਾ ਸੀਗਾ ਵੀ ਨੁਕਸਾਨ ਹੋਊਗਾ ਅਤੇ JCBs ਨੇ ਬਹੁਤ ਵਧੀਆ ਕੰਮ ਕੀਤਾ। ਸਾਡੀ ਜੋ JEEs ਨੇ, ਬੇਲਦਾਰ ਨੇ, ਮੇਟ ਨੇ, ਸਭ ਨੇ ਵਧੀਆ ਕੰਮ ਕੀਤਾ। ਅਸੀਂ ਮੈਕਸੀਮਮ ਚੈਨਲਸ ਆਪਦੇ ਸੇਫ ਕਰ ਲਏ। ਸੋ ਸਿਰਫ ਸਾਡੇ ਇੱਕ ਤਾਂ ਤਿਉਣਾ ਡਿਸਟ੍ਰੀਬਿਊਟੀ 'ਤੇ ਬ੍ਰੀਚ ਹੋਈ ਹੈ, ਇੱਕ ਡੂਮ ਵਾਲੀ 'ਤੇ ਬ੍ਰੀਚ ਹੋਈ ਹੈ। ਸਾਡਾ ਰਾਈਕਾ ਫੀਡਰ ਜੋ ਵੱਡਾ ਚੈਨਲ ਹੈ ਉਹ ਵੀ ਸਾਡਾ ਸੇਫ ਹੋ ਗਿਆ। ਸਾਰੀ ਸਾਡੀ ਲਾਲ ਬਾਈ ਲੰਬੀ ਸਾਰੇ ਚੈਨਲ ਸਾਡੇ ਸੇਫ ਨੇ ਜੀ। ਜੋ ਡੂਮ ਵਾਲੀ 'ਤੇ ਅਸੀਂ ਬ੍ਰੀਚ ਹੋਈ ਹੈ ਉਹਨੂੰ ਪਲੱਗ ਕਰਕੇ ਇਹਦਾ ਪਾਣੀ ਅਸੀਂ ਉੱਧਰ ਡਾਈਵਰਟ ਕਰਾਂਗੇ, ਉਦੋਂ ਬਾਅਦ ਇਹਦੀ ਬ੍ਰੀਚ ਅਸੀਂ ਪਲੱਗ ਇਨ ਕਰਾਂਗੇ।